ਲੁਕੀ ਅੱਜ ਕੱਲ ਟਾਈਮ ਇਹਦਾ ਕਾਲ ਯੁਗ ਚੱਲ ਰਿਹਾ ਸੋ ਇਹ ਸਤਿਯੁਗ ਤੇ ਕਾਲ ਯੁਗ ਦਾ ਮਤਲਬ ਨਹੀਂ ਹਲੇ ਤੱਕ ਲੋਕਾਂ ਨੂੰ ਮੈਂ ਤੁਹਾਨੂੰ ਕਹਿ ਦਿੰਦਾ ਕਿ ਇਸ ਪੋਡਕਾਸਟ ਨੂੰ ਦੇਖਣ ਤੋਂ ਬਾਅਦ ਵੀ ਕਈ ਲੋਕਾਂ ਨੂੰ ਇਹ ਪਤਾ ਲੱਗੂਗਾ ਕਿ ਸਤਿਯੁਗ ਚ ਕੀ ਹੁੰਦਾ ਸੀ ਤੇ ਕਾਲ ਯੁਗ ਚ ਕੀ ਆ ਸਤਿਯੁਗ ਚ ਬੰਦਿਆਂ ਨੂੰ ਝੂਠ ਬੋਲਣਾ ਨਹੀਂ ਆਉਂਦਾ ਸੀ ਜੇ ਤੁਸੀਂ ਮੈਨੂੰ ਐ ਕਹਤਾ ਨਾ ਅੱਜ ਦੇ ਟਾਈਮ ਦੀ ਗੱਲ ਕਰਾਂ ਕਿ ਵੀਰੇ ਤੁਸੀਂ ਮੇਰਾ 1000 ਰੁਪਿਆ ਦੇਣਾ ਸੀ ਤੇ ਮੈਂ ਕਹੂੰਗਾ ਅੱਛਾ ਯਾਰ ਸੌਰੀ ਮੈਂ ਭੁੱਲ ਗਿਆ ਭਾਵੇਂ ਮੈਂ ਨਹੀਂ ਵੀ ਦੇਣਾ ਸੀ ਉਹ ਸਤਿਯੁਗ ਸੀ ਤੁਸੀਂ ਸੱਚ ਬੋਲਦੇ ਥੋਨੂੰ ਝੂਠ ਪਤਾ ਹੀ ਨਹੀਂ ਕਿਵੇਂ ਬੋਲੀਦਾ ਕਾਲ ਯੁਗ ਚ ਸੱਚ ਕਿਵੇਂ ਬੋਲੀਦਾ ਇਹ ਭੁੱਲ ਗਏ ਹਨ ਸੋ ਇਹ ਡਿਫਰੈਂਸ ਆ ਸੋ ਕਾਲ ਯੁਗ ਚ ਦਿਖਾਉਣਾ ਬਹੁਤ ਜ਼ਰੂਰੀ ਆ ਜਿਹੜੀ ਚੀਜ਼ ਚ ਮੈਂ ਲੈਕ ਕਰਦਾ ਯਾਰ ਮੈਨੂੰ ਇਹ ਲੱਗਦਾ ਕਿਉਂ ਦਿਖਾਉਣਾ ਜਦੋਂ ਤੁਸੀਂ ਤਾਂ ਕੰਮ ਕਰਦੇ ਪਰ ਮੇਰੇ ਵਰਗੇ ਕਈ ਲੋਕ ਨੇ ਜੋ ਕਿਸੇ ਦਾ ਭਲਾ ਕਰ ਦਿੰਦੇ ਤੇ ਸੋਚਦੇ ਯਾਰ ਕਿਉਂ ਸ਼ੌਫ ਕੀ ਕਰਨਾ ਕਾਲ ਯੁਗਾ ਤੁਹਾਨੂੰ ਕਰਨਾ ਪਊਗਾ ਤੁਸੀਂ ਕਰੋਗੇ ਤੁਹਾਨੂੰ ਦੇਖ ਕੇ ਚਾਰ ਹੋਰ ਭਲਾ ਕਰਨਗੇ ਛੇ ਬੋਲਣਗੇ ਪਰ ਮੈਂ ਜਦੋਂ ਦਿਖਾਉਂਗਾ ਫਿਰ ਮੈਂ ਤੁਹਾਨੂੰ ਇਸ ਐਗਜ਼ਾਮਪਲ ਤੇ ਖਰਾ ਉੱਤਰ ਦਾ ਦਿਖਾਵਾਂਗਾ ਬਿਲਕੁਲ ਹਨਾ ਕਿ ਮੈਂ ਆ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਂ ਇਸ ਇੰਡਸਟਰੀ ਤੋਂ ਵੱਖਰਾ ਕਿਉਂਕਿ ਇੰਨੇ ਸਾਲਾਂ ਤੋਂ ਇਹ ਚੱਲ ਰਹੀ ਹੈ ਇਦਾਂ ਨਹੀਂ ਕਿਸੇ ਨੇ ਕੀਤੀ ਤੂੰ ਮੈਨੂੰ ਪਤਾ ਮੈਂ ਕੀ ਕਰਨਾ ਸੋ ਤੁਹਾਨੂੰ ਮਤਲਬ ਜੇ ਉਹ ਆਪਾਂ ਨੈਕਸਟ ਟਾਈਮ ਬੈਠਾਂਗੇ ਆਪੋ ਤੱਕ ਮੈਂ ਉਹ ਚੀਜ਼ ਕਰਦਾ ਜਿਹੜੀ ਮੈਂ ਸੋਚੀ ਹੋਈ ਆ ਉਹ ਕੋਈ ਐਂਟਰਟੇਨਮੈਂਟ ਨਾਲ ਲੈਣਾ ਦੇਣਾ ਨਹੀਂ ਉਹਦਾ ਕੋਈ ਮੇਰੇ ਕੈਰੀਅਰ ਨਾਲ ਲੈਣਾ ਦੇਣਾ ਨਹੀਂ ਕੋਈ ਐਕਟਿੰਗ ਨਾਲ ਲੈਣਾ ਦੇਣਾ ਨਹੀਂ ਉਹ ਬਸ ਇੱਕ ਕੰਮ ਆ ਜਿਹੜਾ ਮੇਰੇ ਤੋਂ ਪਹਿਲਾਂ ਸਾਰਿਆਂ ਨੂੰ ਕਰਨਾ ਚਾਹੀਦਾ ਸੀ ਆਈ ਹੋਪ ਉਸ ਤੋਂ ਬਾਅਦ ਉਹ ਸਾਰੇ ਕਰਾਂਗਾ